ਬਿਨਾਂ ਦੱਸਿਆ ਆਏ ਕੈਨੇਡਾ ਤੋਂ ਮੁੰਡਾ ਕੁੜੀ ਤੇ ਭੁੱਲ ਗਏ ਘਰ ਤੇ ਪਿੰਡ ਦੀ ਦੂਜੀ ਫਿਰਨੀ ਹੀ ਉਤਰ ਗਏ ਗੱਡੀ ਦੇ ਵਿੱਚੋਂ ਜਿੱਥੇ ਕਿ ਦੋਸਤੋ ਇਹਨਾਂ ਨੇ ਆਪਣਾ ਘਰ ਬੜੀ ਹੀ ਮੁਸ਼ਕਲ ਦੇ ਨਾਲ ਲੱਭਿਆ ਤੇ ਉੱਥੇ ਦੋਸਤੋ ਜਦੋਂ ਇਹਨਾਂ ਨੇ ਆਪਣਾ ਘਰ ਲੱਭਿਆ ਤਾਂ ਪਰਿਵਾਰ ਵਾਲੇ ਆਪਣੇ ਕੰਮ ਕਾਰਾਂ ਦੇ ਵਿੱਚ ਰੁੱਝੇ ਹੋਏ ਸੀ ਤੇ ਪਰਿਵਾਰ ਵਾਲਿਆਂ ਨੂੰ ਵੀ ਪਾ ਦਿੱਤੀਆਂ ਭਾਜੜਾਂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਸਾਫ਼ ਦੇਖ ਸਕਦੇ ਹੋ। ਜਿਵੇਂ ਕਿ ਦੋਸਤੋ ਦੇਖਿਆ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਮੁੰਡੇ ਕੁੜੀਆਂ ਕੈਨੇਡਾ ਤੋਂ ਬਿਨਾਂ ਦੱਸੇ ਆਉਂਦੇ ਹਨ ਅਤੇ ਉੱਥੇ ਦੋਸਤੋ ਇਹ ਮੁੰਡੇ ਕੁੜੀ ਜੋ ਕਿ ਕੈਨੇਡਾ ਤੋਂ ਬਿਨਾਂ ਦੱਸੇ ਆਏ ਹਨ ਅਤੇ ਪਰਿਵਾਰ ਨੂੰ ਮੌਕੇ ਉੱਤੇ ਪਾ ਦਿੱਤੀਆਂ ਭਾਜੜਾਂ। ਜਿਵੇਂ ਕਿ ਦੋਸਤੋ ਦੇਖੀਏ ਚੰਗੇ ਭਵਿੱਖ ਨੂੰ ਲੈ ਕੇ ਬੇਸ਼ੱਕ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ, ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਜੋ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੈ ਤਾਂ ਫਿਰ ਯਾਦ ਪੰਜਾਬ ਨੂੰ ਕਰਦੀ ਹੈ। ਅਕਸਰ ਦੋਸਤੋ ਦੇਖਿਆ ਜਾਂਦਾ ਸੀ ਕਿ ਮਾਪਿਆਂ ਵੱਲੋਂ ਆਪਣੇ ਪੁੱਤ ਨੂੰ ਏਅਰਪੋਰਟ ਉੱਤੇ ਛੱਡਿਆ ਜਾਂਦਾ ਸੀ ਅਤੇ ਏਅਰਪੋਰਟ ਤੋਂ ਹੀ ਲਿਆਂਦਾ ਜਾਂਦਾ ਸੀ, ਪਰ ਅੱਜ ਦੇ ਸਮੇਂ ਦੇ ਵਿੱਚ ਮੁੰਡੇ ਕੁੜੀਆਂ ਬਿਨਾਂ ਦੱਸੇ ਹੀ ਆਉਂਦੇ ਹਨ। ਜਿਵੇਂ ਕਿ ਦੋਸਤੋ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ, ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।